ਵਾਹਿਗੁਰੂ ਜੀ ਕੀ ਫਤਿਹ। ਅਸੀਂ ਪਹੁੰਚੇ ਹਾਂ ਹਰਜੀਤ ਸਿੰਘ ਕਾਮਲਪੁਰਾ, ਜੋ ਲਿਫਟਿੰਗ ਦੇ ਕੋਚ ਆ, ਲਿਫਟਿੰਗ ਦੇ ਕੋਚ ਹਨ, ਪਾਵਰ ਲਿਫਟਿੰਗ ਦੇ ਕੋਚ ਹਨ। ਉਹਨਾਂ ਨਾਲ ਗੱਲਬਾਤ ਕਰਦੇ ਹਾਂ ਵੀ ਤੁਹਾਡਾ ਇਹ ਗੇਮ ਵਿੱਚ ਕਿੱਦਾਂ ਦਾ ਸਫ਼ਰ ਆ। ਸਾਰਿਆਂ ਨੂੰ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡਾ ਗੇਮ ਦੇ ਵਿੱਚ ਜਿੱਦਾਂ ਮੰਨ ਲਓ ਮੈਨੂੰ 21 ਸਾਲ ਹੋ ਗਏ ਨੇ ਗੇਮ ਕਰਦੇ ਨੂੰ ਭਾਅ ਜੀ, ਅਤੇ 2001 ਦੇ ਵਿੱਚ ਸਟਾਰਟ ਕੀਤੀ, 2021 ਦੇ ਵਿੱਚ ਮੈਂ ਬੰਦ ਕੀਤੀ ਜਾਂਦੀ ਗੇਮ। ਹਾਂਜੀ ਭਾਅ ਜੀ, ਤੁਸੀਂ ਕਿਸੇ ਗੇਮ ਦੇ ਨਾਲ ਮਤਲਬ ਕਿ ਜਿਹੜੇ ਸੰਬੰਧ ਰੱਖਦੇ ਹੋ? ਮੈਂ ਭਾਅ ਜੀ ਵੇਟ ਲਿਫਟਿੰਗ, ਪਾਵਰ ਲਿਫਟਿੰਗ, ਸਟਰੋਂਗਮੈਨ ਦੇ ਨਾਲ ਆਪਣਾ ਸੰਬੰਧ ਰੱਖਦਾ। ਇਹ 3 ਗੇਮਾਂ ਜਿਹੜੀਆਂ ਮੈਂ ਕਰਦਾ ਹਾਂ। ਹਾਂਜੀ, ਪੰਜਾਬ ਵੱਲੋਂ ਕੋਈ ਭਾਅ ਜੀ ਸਰਕਾਰਾਂ ਵੱਲੋਂ ਸਹੂਲਤ ਜਾਂ ਕਿਸੇ ਹੋਰ ਵੱਲੋਂ ਕਿਸੇ ਨੇ ਸਹੂਲਤ ਤੁਹਾਨੂੰ ਦਿੱਤੀ ਹੋਏ? ਸਰਕਾਰਾਂ ਵੱਲੋਂ ਭਾਅ ਜੀ ਕੋਈ ਸਹੂਲਤ ਨਹੀਂ ਮਿਲੀ ਆਪਣਾ, ਨਾ ਸਰਦਾਰ MLA ਵੱਲੋਂ ਹਰਪ੍ਰਤਾਪ ਵੱਲੋਂ, ਇਹ ਵੀ 3 ਲੱਖ ਰੁਪਈਆ ਕਹਿ ਕੇ ਮੈਨੂੰ ਤਾਂ ਕੁਝ ਨਹੀਂ ਇਹਨਾਂ ਦਿੱਤਾ। ਸਰਦਾਰ ਗੁਰਜੀਤ ਸਿੰਘ ਔਜਲਾ 2 ਲੱਖ ਰੁਪਈਆ ਚੱਲਦੇ ਟੂਰਨਾਮੈਂਟ ਦੇ ਵਿੱਚ ਕਹਿ ਗਏ, ਉਹਨਾਂ ਵੀ ਕੁਝ ਨਹੀਂ ਦਿੱਤਾ। ਹਾਂਜੀ, ਤੁਸੀਂ ਸਟੇਟ ਲੈਵਲ 'ਤੇ ਵੀ ਖੇਡੇ ਹੋ, ਇੰਟਰਨੈਸ਼ਨਲ ਲੈਵਲ 'ਤੇ ਵੀ ਖੇਡੇ ਹੋ, ਤੁਸੀਂ ਤੁਹਾਨੂੰ ਕੋਈ ਸਰਕਾਰਾਂ ਨੇ ਕੋਈ ਮਤਲਬ ਕਿ ਜਿਹੜਾ ਕੋਈ ਨੌਕਰੀ ਬਾਰੇ ਜਾਂ ਕਿਸੇ ਹੋਰ ਸੁਝਾਅ ਬਾਰੇ ਕੋਈ ਕਿਹਾ ਹੋਇਆ ਜਾਂ ਇਹਨਾਂ ਬਾਰੇ ਕੋਈ ਜਾਣਕਾਰੀ? ਨਹੀਂ, ਸਰਕਾਰਾਂ ਨੇ ਆਪਣਾ ਨੈਸ਼ਨਲ ਲੈਵਲ ਤੱਕ ਖੇਡਿਆ ਨਹੀਂ ਭਾਈ ਮੈਂ, ਨਾ ਕਿਸੇ ਨੇ ਨੌਕਰੀ ਵੱਲੋਂ ਕਿਸੇ ਨੇ ਕੁਝ ਕਿਹਾ, ਨਾ ਕਿਸੇ ਨੇ ਅਜੇ ਤੱਕ ਬਾਂਹ ਫੜੀ ਆ। ਹਾਂਜੀ, NRI ਭਰਾਵਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਗੇਮ ਜਿਹੜੀ ਆ ਲਿਫਟਿੰਗ ਜੇ ਪਾਵਰ ਲਿਫਟਿੰਗ ਤੁਸੀਂ ਜਿਹੜੇ ਕਰਦੇ ਹੋ ਜਾਂ ਯੋਰਿੰਗ ਦਾ ਕੰਮ ਪੂਰਾ ਕਰਦੇ ਹੋ ਉਹਨਾਂ ਬਾਰੇ? ਮੈਂ ਪਾਵਰ ਲਿਫਟਿੰਗ NRI ਵੀਰਾਂ ਨੂੰ ਇਹ ਗੱਲ ਕਹਿੰਦਾ ਵੀ ਜਿੱਦਾਂ ਕਬੱਡੀ ਦੀ ਗੇਮ ਦੇ ਵਿੱਚ ਕਬੱਡੀ ਨੂੰ ਪ੍ਰਮੋਟ ਕਰਦੇ, ਰੈਸਲਿੰਗ ਨੂੰ ਪ੍ਰਮੋਟ ਕਰਦੇ, ਇੱਦਾਂ ਪਾਵਰ ਲਿਫਟਿੰਗ ਗੇਮ ਨੂੰ ਪ੍ਰਮੋਟ ਕੀਤਾ ਜਾਵੇ। ਇਹਦੇ ਵਿੱਚ ਬਹੁਤ ਜਿੱਦਾਂ ਕਬੱਡੀ ਦੇ ਵਿੱਚ ਸਟਾਰ ਪਲੇਅਰ ਨੇ, ਵੱਡੇ ਵੱਡੇ ਪਲੇਅਰ ਨੇ, ਇਹਦੇ ਵਿੱਚ ਵੀ ਬੜੇ ਸਟਾਰ ਪਲੇਅਰ ਨੇ, ਜਿੱਦਾਂ ਮੇਰੇ ਉਸਤਾਦ ਜੀ ਅਮਨਹੋਤੀ ਜੀ, ਹੋਰ ਵੀ ਮੁੰਡੇ ਜਿਹੜੇ ਸਟਾਰ ਪਲੇਅਰ ਨੇ ਬਹੁਤ ਜ਼ਿਆਦਾ, ਪਰ ਇਹਨੂੰ ਵੀ ਜਿਹੜਾ ਬੁਲੰਦੀ ਤੱਕ ਲੈ ਕੇ ਜਾਣਾ ਚਾਹੀਦਾ NRI ਵੀਰਾਂ। ਤੁਸੀਂ ਕੋਈ ਆਪਣਾ ਕੰਟੈਕਟ ਨੰਬਰ ਕੋਈ NRI ਭਰਾਵਾਂ ਵੀਰਾਂ ਨੂੰ ਕੋਈ ਦੇ ਸਕਦੇ? ਹਾਂਜੀ ਭਾਅ ਜੀ, ਮੇਰਾ ਨੰਬਰ ਹੈਗਾ ਜੀ 95923-2591। ਹਾਂਜੀ, ਫਿਰ ਮੈਂ ਤੁਹਾਨੂੰ ਦੱਸ ਦਿੰਦਾ ਵੀ 95923-2591 ਮੇਰਾ ਕੰਟੈਕਟ ਨੰਬਰ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਮੈਂ ਕਸ਼ਮੀਰ ਸਿੰਘ, ਪਿੰਡ ਕਾਮਲਪੁਰਾ ਜੀ, ਹਰਜੀਤ ਸਿੰਘ ਦਾ ਫਾਦਰ ਹੈ ਜੀ ਮੈਂ, ਭਗਵਾਨ ਦਾ। ਅਸੀਂ ਤਾਂ ਬਹੁਤ ਵੱਡਾ ਵੇਖਣਾ ਚਾਹੁੰਦੇ ਹਾਂ, ਪਰ ਇਹ ਸਰਕਾਰਾਂ ਨੇ ਸਾਨੂੰ ਸਾਡੇ ਪੱਲੇ ਕੱਖ ਨਹੀਂ ਪਾਇਆ। ਇਹਨੂੰ ਇੰਟਰ ਬੜਾ ਖਰਚਾ ਦੇ ਕੇ ਪੜ੍ਹਾਉਂਦਾ ਰਿਹਾ ਮੈਂ ਇਹਨੂੰ, ਅਤੇ ਖਰਚੇ ਦੇ ਕੇ ਚੰਗੀ ਖੁਰਾਕ ਖਵਾਉਂਦਾ ਰਿਹਾ, ਪਰ ਸਾਡੀ ਕੋਈ ਕਦਰ ਨਹੀਂ ਪਾਈ ਸਰਕਾਰ ਕਿਸੇ ਨੇ ਸਾਡੀ, ਕੋਈ ਬਾਤ ਨਹੀਂ ਪੁੱਛੀ ਸਰਕਾਰਾਂ, ਕੁਛ ਵੀ ਨਹੀਂ ਸਾਨੂੰ ਪੁੱਛਿਆ ਨਹੀਂ ਹੁੰਦਾ ਵੀ ਕੀ ਤੁਸੀਂ ਖੇਡ ਗਿਆ ਇੰਟਰਨੈਸ਼ਨਲ ਪਲੇਅਰ ਆ, ਅਤੇ ਤਾਂ ਵੀ ਕੋਈ ਗੱਲਬਾਤ ਕਿਸੇ ਨੂੰ ਪੁੱਛਿਆ ਹੀ ਨਹੀਂ ਸਾਨੂੰ ਵੀ ਕੀ ਗੱਲ ਆ, ਕੋਈ ਨੌਕਰੀ ਦੀ ਗੱਲ ਨਹੀਂ, ਬਾਤ ਨਹੀਂ, ਕੋਈ ਸਹੂਲਤ ਨਹੀਂ। 15,000 ਰੁਪਈਆ ਮੈਂ ਦਿੰਦਾ ਜਾਂ ਖਰਚਾ ਫਗਵਾੜੇ, ਅਤੇ ਖਾ ਕੇ ਖਰਾਬ ਤਾਂ ਵਿਚਾਰਾ ਘਰ ਆ ਗਿਆ, ਕੋਈ ਗੱਲ ਨਹੀਂ ਬਾਜ ਕੇ ਸਾਨੂੰ ਪੁੱਛਿਆ ਨਹੀਂ, ਖਾ ਕੇ ਪੱਠੇ ਪੁੱਗੇ ਜਿਹੜਾ ਇਹਨੂੰ ਘਰੋਂ ਆ ਕੇ ਆਖ ਵੀ ਆਪ ਬੇਟਾ ਤੇਰਾ ਹੱਕ ਬਣਦਾ, ਤੈਨੂੰ ਹੱਕ ਦੇਣਾ, ਕੋਈ ਇਹੋ ਜਿਹਾ ਕੋਈ ਰੱਬ ਦਾ ਪਿਆਰਾ ਹੋਵੇ ਤਾਂ ਆ, ਨਹੀਂ ਤਾਂ ਕੋਈ ਹਾਲ ਨਹੀਂ, ਪੈਸੇ ਦੇ ਕੇ ਅਸੀਂ ਭਰਤੀ ਨਹੀਂ ਕਰਾ ਸਕਦੇ, ਇੰਨੇ ਇੰਨੇ ਪੈਸੇ ਮੰਗਦੇ, ਸਾਡੀ ਵਾਹ ਨਹੀਂ ਗਈ। ਹਾਂਜੀ, ਔਜਲਾ ਸਾਹਿਬ ਆਇਆ 3 ਵਾਰੀ, ਔਜਲਾ ਸਾਹਿਬ ਆਇਆ ਅਤੇ 2 ਵਾਰੀ ਉਹ ਦੂਜਾ ਆਇਆ ਸੀ ਨਾ ਹਰਪ੍ਰਤਾਪ, ਪਰ ਕਿਸੇ ਦੀ ਸੁਣੀ ਨਹੀਂ ਇਹਨਾਂ ਦੀ, ਵੋਟਾਂ ਬਾਰੇ ਆਏ ਵੀ ਵੋਟਾਂ ਪਾਓ ਬਸ, ਮਦਦ ਦੀ ਕੋਈ ਉਹਨਾਂ ਨੇ ਕਿਹਾ ਸੀ ਕਰਾਂਗੇ ਆਪਾਂ ਕੋਈ ਹਰਪ੍ਰਤਾਪ ਨੇ ਜਾਂ ਔਜਲਾ ਦੀ ਨੇ? ਹਾਂਜੀ ਹਾਂਜੀ। ਕਿੰਨੇ ਦੀ? 2 ਲੱਖ ਰੁਪਈਆ ਦੇਵਾਂਗੇ, ਮੁੜ ਕੇ ਕੁਛ ਨਹੀਂ ਅੱਜ ਤੱਕ ਉਹ ਪੈਸਾ ਦਿੱਤਾ। ਅਤੇ ਕਿੰਨਾ ਚਿਰ ਹੋ ਗਿਆ ਇਸ ਗੱਲ ਨੂੰ ਜਦੋਂ ਤੁਹਾਨੂੰ ਵਾਅਦਾ ਕਰਕੇ ਗਏ? 3 ਸਾਲ ਹੋ ਗਏ ਜੀ। 3 ਸਾਲ ਹੋ ਗਏ? ਹਾਂਜੀ। ਮੇਰਾ ਪੋਤਰਾ ਲੱਗਦਾ ਮਿਹਨਤ ਬੜੀ ਕੀਤੀ ਹੈ, ਨੌਕਰੀ ਮਿਲਦੀ ਆਏ ਆ ਅਤੇ ਦੇਵਾਂ ਦੇ ਤੇਵਾਂ ਦੇ ਮੁੜ ਕੇ ਕੁਛ ਨਹੀਂ ਦੇ ਕੇ ਜਾਂਦੇ ਰਹੇ। ਹਾਂ, ਉਹ ਉਹਦਾ ਸਾਹਿਬ ਹੀ ਆਇਆ, ਉਹਨੇ ਕੁਛ ਨਹੀਂ ਦਿੱਤਾ। ਹਾਂ, ਇੱਥੋਂ ਜਨਾਲੇ ਵਾਲੇ ਆਏ ਹੋਰ, ਫਿਰ ਉਹਨੇ ਵੀ ਕੱਖ ਨਹੀਂ ਨੌਕਰੀ ਮਿਲ ਜੇ।